ਪੰਜਾਬ ਦੇ ਛੁਰੀ ਮਾਰਨ ਵਾਲਾ ਕੌਣ ਹੈ? ਅਕਾਲੀ ਦਲ, ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਡਕਾਰ ਵੀ ਨਹੀਂ ਮਾਰਿਆ ਕਿ ਸਿਰਫ ਆਪਦੇ ਹੋਟਲ ਵਾਸਤੇ ਪਾਲਸੀ ਬਣਾਉਣ ਦੀ। ਜੀ ਕੀ ਖੁਲਾਸੇ ਨਾ ਕਰੋ, ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਚੋਂ। ਦੇਖੋ ਜਿਹਨੇ ਜੋ ਕੁਛ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ, ਚਾਹੇ ਜਿਹੜਾ ਮਰਜ਼ੀ ਹੋਵੇ। ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ, ਹਰ ਹਾਲਤ ਭੁਗਤਣੀ ਪੈਣੀ ਆ। ਜੋ ਉਹਨਾਂ ਨੇ ਪੰਜਾਬ ਨਾਲ ਕੀਤਾ, ਜਿਸ ਦੇਸ਼ ਦਾ ਰਾਜਾ, ਜਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ, ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵੱਧ ਸਕਦਾ। ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨਾ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਦਾ ਬਿਜ਼ਨਸ ਕੀਤਾ, ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ, ਚਾਹੇ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ।